ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ। ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ 2.5 ਸਾਲ ਦੇ ਵਿੱਚ ਵੀ ਕੋਈ ਕਿਸੇ ਕਿਸਮ ਦੀ ਪਿੰਡਾਂ ਦੇ ਵਿੱਚ ਪਾਰਟੀਬਾਜ਼ੀ ਗਰੁੱਪਬਾਜ਼ੀ ਨਾ ਹੋਵੇ, ਅਤੇ ਹੁਣ ਪੰਚਾਇਤੀ ਚੋਣਾਂ ਆਈਆਂ ਨੇ, ਇਹਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਵੱਧ ਤੋਂ ਵੱਧ ਜਿਹੜੀਆਂ ਸਹਿਮਤੀ ਨਾਲ ਬਣ ਸਕਣ ਪੰਚਾਇਤਾਂ। ਤੁਸੀਂ ਦੇਖ ਰਹੇ ਹੋ ਸਾਰੇ ਜਣੇ ਬਈ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ। ਖਾਸ ਕਰਕੇ ਮੋਹਾਲੀ ਹਲਕੇ ਦੇ ਲੋਕ ਲਗਾਤਾਰ ਲੱਗੇ ਹੋਏ ਨੇ ਵੀ ਪਿੰਡਾਂ ਦੇ ਵਿੱਚ ਸਹਿਮਤੀ ਹੋ ਸਕੇ। ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ 2.5 ਸਾਲ ਦੇ ਵਿੱਚ ਵੀ ਕੋਈ ਕਿਸੇ ਕਿਸਮ ਦੀ ਪਿੰਡਾਂ ਦੇ ਵਿੱਚ ਪਾਰਟੀਬਾਜ਼ੀ ਗਰੁੱਪਬਾਜ਼ੀ ਨਾ ਹੋਵੇ, ਨਾ ਹੀ ਲੜਾਈ ਝਗੜੇ ਹੋਣ। ਅਸੀਂ ਉਹਦੇ ਵਿੱਚ ਕਾਮਯਾਬ ਵੀ ਹੋਏ ਹਾਂ ਬਹੁਤ ਜ਼ਿਆਦਾ, ਅਤੇ ਹੁਣ ਪੰਚਾਇਤੀ ਚੋਣਾਂ ਆਈਆਂ ਨੇ, ਇਹਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਵੱਧ ਤੋਂ ਵੱਧ ਜਿਹੜੀਆਂ ਸਹਿਮਤੀ ਨਾਲ ਬਣ ਸਕਣ ਪੰਚਾਇਤਾਂ, ਅਤੇ ਜੇ ਸਹਿਮਤੀ ਨਾ ਹੋ ਸਕੇ ਤਾਂ ਪੂਰਨ ਅਮਨ ਅਮਾਨ ਦੇ ਨਾਲ ਜਿਹੜੀ ਲੋਕਤੰਤਰਕ ਢਾਂਚੇ ਦੇ ਨਾਲ ਸਾਨੂੰ ਇਹ ਮਿਲੀ ਆ, ਅਧਿਕਾਰ ਮਿਲੇ ਨੇ, ਉਹਨਾਂ ਦੀ ਅਸੀਂ ਵਰਤੋਂ ਕਰਦੇ ਹੋਏ ਆਪਣੇ ਮਨ ਮਰਜ਼ੀ ਦੇ ਸਰਪੰਚ ਅਤੇ ਪੰਚ ਚੁਣੀਏ ਤਾਂ ਕਿ ਉਹ ਪਿੰਡ ਦੀ ਤਰੱਕੀ ਹੈ ਜਿਹੜੀ ਉਹ ਕਰ ਸਕਣ। ਅਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਆਪਾਂ ਨੇ ਬਿਨਾਂ ਕਿਸੇ ਝਗੜੇ ਤੋਂ ਇਹ ਜਿਹੜੀਆਂ ਚੋਣਾਂ ਨੇ ਸਿਰੇ ਚੜ੍ਹਾਉਣੀਆਂ ਨੇ, ਔਰ ਤੁਸੀਂ ਆਪਣੀ ਵੋਟ ਦੇ ਅਧਿਕਾਰ ਦਾ ਖੁੱਲ੍ਹ ਕੇ ਵਰਤੋਂ ਕਰਨੀ ਆ। ਜਿੱਥੇ ਤੁਹਾਡਾ ਦਿਲ ਕਰਦਾ ਤੁਸੀਂ ਉੱਥੇ ਵੋਟ ਪਾਉਣੀ ਆ, ਔਰ ਵੋਟ ਨਾ ਤੁਸੀਂ ਵੇਚਣੀ ਆ, ਨਾ ਸ਼ਰਾਬ ਪੀਣੀ ਆ, ਨਾ ਹੀ ਕੋਈ ਝਗੜਾ ਕਰਨਾ। ਮੈਂ ਲੋਕਾਂ ਨੂੰ ਪੂਰ ਜ਼ੋਰ ਅਪੀਲ ਕਰਦਾ ਵੀ ਆਪਾਂ ਨੇ ਪੂਰ ਅਮਨ ਅਤੇ ਸ਼ਾਂਤੀ ਦੇ ਨਾਲ ਰਹਿ ਕੇ ਇਹ ਜਿਹੜਾ ਇਲੈਕਸ਼ਨ ਪੰਚਾਇਤੀ ਹੋ ਰਹੀਆਂ ਨੇ ਇਹਨਾਂ ਦੇ ਸਾਰੇ ਪ੍ਰੋਸੈਸ ਨੂੰ ਸਿਰੇ ਚਾੜਨਾ। ਅਸੀਂ ਇਹ ਪਾਰਟੀ ਨੂੰ ਐਵੇਂ ਜੁਆਇਨ ਕੀਤਾ ਹੈ ਕਿ ਇਹਦਾ ਤੋਂ ਸਾਨੂੰ ਕੰਮ ਬਹੁਤ ਵਧੀਆ ਲੱਗਦੇ ਨੇ, ਇਹਨਾਂ ਨੇ ਬਹੁਤ ਤਰੱਕੀ ਕੀਤੀ, ਅੱਗੇ ਕਰ ਵੀ ਰਹੇ ਨੇ, ਬੱਚਿਆਂ ਲਈ ਵੀ ਖੜ੍ਹੇ ਨੇ, ਅਤੇ ਉਹਦੇ ਲਈ ਅਸੀਂ ਇਹਨਾਂ ਨੂੰ ਜੁਆਇਨ ਕੀਤਾ ਕਿ ਅੱਗੇ ਨੂੰ ਸਾਡੇ ਪਿੰਡਾਂ ਦਾ ਸੁਧਾਰ ਹੋ ਜਾਵੇ, ਅਸੀਂ ਸਰ ਨਾਲ ਮਿਲ ਕੇ ਕੁਝ ਚੰਗਾ ਕਰ ਸਕੀਏ ਅੱਗੇ ਵਾਸਤੇ, ਜੋ ਵੀ ਪਿੰਡਾਂ 'ਚ ਤੁਹਾਨੂੰ ਪਤਾ ਨਸ਼ੇ ਵੱਧ ਤੋਂ ਵੱਧ ਚੀਜ਼ਾਂ ਨੇ, ਉਹਨਾਂ ਦਾ ਸੁਧਾਰ ਕੀਤਾ ਜਾਵੇ। ਠੀਕ ਹੈ ਜੀ, ਉਹਦੇ ਲਈ ਅਸੀਂ ਸਰ ਦੀ ਪਾਰਟੀ ਨੂੰ ਜੁਆਇਨ ਕੀਤਾ ਹੈ। ਹਾਂਜੀ।